ਸੋ ਹੈ ਗਾਇਸ, ਕੀ ਹਾਲ ਚਾਲ ਹੈ? ਸਭ ਦਾ ਫਲਿਸ ਸਾਰੇ ਵਧੀਆ ਹੋਵੋਗੇ। ਨੋ ਵੇ ਕਰ ਨੌਜਲਾ ਯੋ ਫੁੱਲ ਆਡੀਓ। ਹੁਣ ਆਪਾਂ ਨੂੰ ਪਤਾ ਨਹੀਂ ਬਾਈ ਮਿਊਜ਼ਿਕ ਕਿਹਨੇ ਕੀਤਾ, ਇਟਸ ਅ ਲੀਕ ਵਰਜਨ, ਲੈਟਸ ਚੈੱਕ ਇਟ। ਕਾਫੀ ਟਾਈਮ ਪਹਿਲਾਂ ਤਾਂ ਠੀਕ ਹੋਇਆ, ਮੈਂ ਵੇਟ ਕਰੀ ਗਿਆ। ਮੈਂ ਕਿਹਾ ਯਾਰ ਦੇਖਦੇ ਹਾਂ ਕਿ ਆਡੀਓ ਵੀ ਇਹਦੀ ਕੋਈ ਆਊਗਾ ਨਹੀਂ ਆਊਗਾ। ਫਿਰ ਮੈਂ ਦੇਖਿਆ ਯਾਰ ਆਉਣਾ ਤਾਂ ਹੈ ਨਹੀਂ ਗਾਣਾ, ਮੈਨੂੰ ਲੱਗਦਾ ਨਹੀਂ। ਤਾਂ ਮੈਂ ਕਿਹਾ ਆਪਾਂ ਫਿਰ ਆਪਾਂ ਲੀਕ ਹੀ ਕਰਦੇ ਰਿਐਕਟ, ਕੋਈ ਚੱਕਰ ਨਹੀਂ। ਓਕੇ ਹਾਏ ਯਾਰ, ਇਹ ਨਾ ਮਤਲਬ ਜਿਹੜਾ ਫਲੋ ਜਿਹਾ ਆਇਆ ਅਜਲੀ ਦਾ, ਇਹ ਨਾ ਪਹਿਲਾਂ ਵਾਲਾ ਫਲੋ ਆ, ਜਦੋਂ ਪਹਿਲਾਂ ਯਾਰੀਆਂ 'ਚ ਮੈਡਲ ਉਹ ਵਾਲੇ ਟਾਈਮ ਦਾ ਫਲੋ ਆਇਆ। ਲੋਰੈਨੀ ਫੇਸ ਤੇ ਸਮਾਈਲ ਐ, ਅੱਜ ਕੱਲ ਚੱਲੇ ਜਿਹੜਾ ਜੱਟ ਦਾ ਸਟਾਈਲ ਐ, ਤੇਰੀ ਮੇਰੀ ਯਾਰੀ ਦਾ ਸੀ ਕਿੱਥੋਂ ਨੇ ਵਜੂਦ, ਤੇਰੇ ਸ਼ਹਿਰੋਂ ਪਿੰਡ ਸਾਡਾ ਪੂਰਾ 100 ਮਾਈਲ ਐ। ਓਏ ਹੋਏ ਹੋਏ, ਨਿੱਤ ਦੀ ਹਰਾਸਮੈਂਟ ਛੱਡ ਦੇ ਕੁੜੇ, ਨਿੱਤ ਮਾਰੇ ਵਾਜਾ ਓ ਹੈ ਓ ਹੈ, ਜੱਟ ਨਾਲ ਪਿਆਰ ਨੋ ਵੇ ਨੋ ਵੇ, ਸਾਡੇ ਹਿੱਸੇਦਾਰ ਨੋ ਵੇ ਨੋ ਵੇ, ਕਦੇ ਵੀ ਨਹੀਂ ਮੇਰੀ ਗੱਲ ਨੂੰ ਆਖੇਗੀ ਤੂੰ ਕੱਲ ਨੂੰ, ਛੱਡ ਦੇ ਤੂੰ ਯਾਰ ਨੋ ਵੇ ਨੋ ਵੇ, ਜੱਟ ਨਾਲ ਪਿਆਰ ਨੋ ਵੇ ਨੋ ਵੇ, ਸਾਡੇ ਹਿੱਸੇਦਾਰ ਨੋ ਵੇ ਨੋ ਵੇ, ਸਾਡੇ ਹਿੱਸੇ ਪਿਆਰ ਨਾਰ ਨੋ ਵੇ, ਕਦੇ ਵੀ ਨਹੀਂ। ਠੀਕ ਹੈ, ਉਹ ਕਹਿੰਦਾ ਗਰਲ ਫਰੈਂਡ ਵਾਲੀ ਲੈਣੀ ਹੈ ਨਹੀਂ, ਔਖਾ ਹੈ ਯਾਰ। ਆਈ ਮਿਸ ਦਿਸ ਔਜਲਾ, ਆਈ ਮਿਸ ਦਿਸ ਔਜਲਾ, ਜਿਹੜਾ ਬਿਲਕੁਲ ਯਾਰ ਯਾਰ ਸੈਂਟਰਡ ਹੁੰਦਾ ਸੀਗਾ, ਅਤੇ ਲਾਈਕ ਪੂਰਾ ਇੱਕ ਜਿਹਨੂੰ ਕਹਿੰਦੇ ਨਾ ਕਿ ਉਹ ਗਾਣੇ ਮੈਂ ਮਿਸ ਕਰਦਾ, ਜਿਹੜੇ ਮੁੰਡਿਆਂ ਦੇ ਸੈਂਟਰਡ ਹੁੰਦੇ ਸੀਗੇ। ਹੁਣ ਜ਼ਿਆਦਾਤਰ ਕੁੜੀਆਂ ਸੈਂਟਰਡ ਗਾਣੇ ਆਉਂਦੇ ਆ, ਲਾਈਕ ਮੁੰਡਿਆਂ ਸੈਂਟਰਡ ਗਾਣੇ ਵੀ ਹੋਣ ਚਾਹੀਦੇ। ਲਾਈਕ ਨਾਓ ਡੇਜ਼ ਟਰੈਕਸ ਆਰ ਮੋਰ ਇਨ ਟੂ ਮੈਨੀਫੈਸਟੇਸ਼ਨ, ਥੋੜ੍ਹਾ ਬਹੁਤ ਲਾਈਕ ਫਲੈਕਸ ਹੈ ਨਾ, ਉਦੋਂ ਦੀ ਚੀਜ਼ਾਂ। ਇਹ ਜਿਹੜੇ ਗਾਣੇ ਸੀ ਨਾ, ਇਹ ਯਾਰੀਆਂ ਸੈਂਟਰਡ ਸੀਗੇ। ਇੱਦਾਂ ਦੇ ਗਾਣੇ ਯਾਰ ਮੈਂ ਚਾਹੁੰਦਾ ਕਿ ਇੱਕ ਅੱਧਾ ਗਾਣਾ ਦਿੱਤਾ ਵੀ ਆਵੇ ਫਿਰ ਤੋਂ। ਟਰੰਪੇਟ ਦਾ ਪੈਟਰਨ ਦੇਖਿਆ ਤੁਸੀਂ, ਕਿੰਨਾ ਸੋਹਣਾ ਲੱਗ ਰਿਹਾ ਥੱਲੇ। ਹੈ ਸੈਂਪਲ ਓਬਵੀਅਸ, ਕਿਸੇ ਪਲੱਗਿਨ ਦਾ ਸਾਊਂਡ ਆਓ, ਪਰ ਸੋਹਣਾ ਲੱਗ ਰਿਹਾ। ਛੱਡ ਦੇ ਦਲੀਮ ਮੇਰੇ ਲੈਣੇ ਨੀ, ਆਹਾ ਹੱਥੋਂ ਨੀ ਅਫੋਰਡ ਹੋਣੇ ਗਹਿਣੇ ਨੀ, ਔਰੇ ਕਿੰਨੇ ਕੇਸ ਗੜ ਪਿਆ, ਮਹਾਂ ਵਾਲੇ ਹਰ ਗੜ ਪੈਣੇ ਨੀ, ਰੋਜ਼ ਰੋਜ਼ ਆਉਂਦੀ ਤੂੰ ਕਲੋਜ਼ ਜਾਨੀ ਐ, ਛੱਡ ਦੇ ਨੀ ਆਸ ਗੋ ਵੇ ਗੋ ਵੇ, ਜੱਟ ਨਾਲ ਪਿਆਰ ਨੋ ਵੇ ਨੋ ਵੇ, ਸਾਡੇ ਹਿੱਸੇਦਾਰ ਨੋ ਵੇ, ਛੱਡ ਦੇ ਤੂੰ ਯਾਰ ਨੋ ਵੇ ਨੋ ਵੇ, ਕਦੇ ਵੀ ਨਹੀਂ ਜੱਟ ਨਾਲ ਪਿਆਰ ਨੋ ਵੇ ਨੋ ਵੇ, ਸਾਡੇ ਹਿੱਸੇਦਾਰ ਨੋ ਵੇ ਨੋ ਵੇ, ਆਉ ਨਾਲ ਪਿੱਛੇ ਯਾਰ ਛੱਡੇ ਜਾਂਦੇ ਨੀ, ਅਸੀਂ ਕਿਸੇ ਕੋਲੋਂ ਖਾਰ ਖਾਂਦੇ ਨੀ, ਯਾਰ ਵੀ ਬਣੇ ਆ ਬੜੇ ਵੈਰੀ ਵੀ, ਜੱਟ ਹੋਣੀ ਸੱਚੀ ਬੜੇ ਰਾਜੇ ਨੀ, ਹਾਏ ਬਸ ਰਾਂਝੇ ਨਹੀਂ ਬਣੇ, ਕਹਿੰਦਾ ਸਭ ਕੁਝ ਬਣਿਆ, ਨਾਰ ਪਿੱਛੇ ਯਾਰ ਨਹੀਂ ਛੱਡ ਹੋਣੇ, ਕੋਲੋਂ ਖਾਰ ਖਾਂਦੇ ਨੀ, ਯਾਰ ਵੀ ਬਣੇ ਆ ਬੜੇ ਵੈਰੀ ਵੀ, ਜੱਟ ਹੋਣੀ ਸੱਚੀ ਬੜੇ ਰਾਜੇ ਨੀ, ਖੌਫ ਨਾ ਕਰੇ ਸ਼ੋਅ ਆਫ ਨਾ, ਸਮਝੀ ਨਾ ਕਿਤੇ ਲੋਪ ਲੋਪ,
ਯਾਰ ਗਾਣੇ 'ਚ ਮੈਲੋਡੀ ਤਾਂ ਹੈ, ਗਾਣੇ ਦੀ ਇੱਕ ਉਹ ਤਾਂ ਹੈ ਹੈ ਨਾ ਟੋਨ ਜੀ, ਜਿਹਨੇ ਸੁਣ ਸਮਝ ਆ ਨੋ ਵੇ ਨੋ ਵੇ ਲਾਲੇ ਇਟਸ ਅ ਬੂਮ ਬੈਪ ਬੀਟ ਜਿਹਦਾ ਤੇ ਕਾਫੀ ਮਤਲਬ ਲਾਸਟ ਮੈਂ ਕਿਹਾ ਨਾ ਗੋਇੰਗ ਆਫ ਆਇਆ ਸੀ ਉੱਥੇ ਗੋਇੰਗ ਆਫ, ਉਹ ਵੀ ਕੰਪਲੀਟ ਬੂਮ ਬੈਪ ਨਹੀਂ ਸੀ ਵੈਸੇ। ਇਹਦਾ ਜਮਾ ਹੀ ਲਾਈਕ ਫਸਟ ਡੰਮੀ ਹੁੰਦੀ ਹੈ ਨਾ ਜਿਵੇਂ ਹੋਏਗੀ ਲਿਰਿਕਸ ਫਾਈਨਲ ਨੇ, ਮਿਊਜ਼ਿਕ ਦਾ ਪੈਟਰਨ ਇੱਦਾਂ ਰੱਖਾਂਗੇ, ਕੰਪੋਜੀਸ਼ਨ ਆਹ ਹੋਊਗੀ, ਟੈਂਪੋ ਆਹ ਹੋਊਗਾ, ਬਾਕੀ ਮਿਊਜ਼ਿਕ ਵਾਲੇ ਨੇ ਕੋਈ ਬਹੁਤਾ ਲਾਈਕ ਅਜੇ ਕੰਮ ਕੀਤਾ ਨਹੀਂ ਸੀ ਗਾਣੇ ਦੇ ਵਿੱਚ, ਕੋਈ ਪੈਟਰਨਸ ਚੇਂਜ ਨਹੀਂ ਹੋਏ, ਕੋਈ ਵੀ ਵੇਰੀਏਸ਼ਨਸ ਨਹੀਂ ਆਇਆ ਬੀਟ ਦੇ ਵਿੱਚ, ਜਿਹੜਾ ਕਿ ਕਾਫੀ ਜ਼ਿਆਦਾ ਆਉਂਦੇ ਨੇ, ਐਸ ਐਫ ਐਕਸਿਸ ਥੋੜ੍ਹੇ ਬਹੁਤ ਐਡ ਹੋਏ ਜਸਟ ਉਹ ਵੀ ਫਿਲ ਵਾਸਤੇ, ਹੈ ਨਾ ਕੋਈ ਜ਼ਿਆਦਾ ਕੰਮ ਕੀਤਾ ਨਹੀਂ ਸੀਗਾ ਬੀਟ 'ਤੇ, ਬਟ ਆਲਰੇਡੀ ਸਾਊਂਡਿੰਗ ਗੁੱਡ। ਸੈਡ ਨਾ ਹੋਈ ਤੂੰ ਨੀ ਮੈਂ ਸੌਰੀ ਆ, ਇਸ਼ਕ ਦੀ ਲੱਤ ਕਹਿੰਦੀ ਕੌੜੀ ਆ, ਫਕਰਾਂ ਦੇ ਘਰੋਂ ਦੱਸ ਮਿਲੂ ਕੀ, ਔਜਲੇ ਦੇ ਪਿੱਛੇ ਕਾਹਤੋਂ ਦੌੜੀ ਆ। ਇਹਦੇ ਕਿਵੇਂ ਲੱਗੂਗਾ ਨਾ ਔਜਲਾ ਬਾਈ ਅੱਗੇ ਅੱਗੇ ਜਾ ਰਿਹਾ ਗੱਡੀ 'ਚ ਤੇ ਪਿੱਛੇ ਇੱਕ ਕੁੜੀ ਦੌੜ ਰਹੀ ਆ। ਯੋ ਜੈਨ ਸਿਨੇ ਮਾਰਤੇ ਹਿੱਟਰ ਨੇ ਸਾੜਤੇ, ਹਲੇ ਤਾਂ ਪਈ ਆ ਮਿਰਚ ਤਾਂ ਲੜੀ ਐ ਲਾਈਕ ਬਾਲਾ ਯਾਰ ਬਾਲਾ ਇੱਦਾਂ ਦਾ ਗਾਣਾ ਸੀਗਾ ਜਿਹੜਾ ਕਿ ਜੇ ਅਫੀਸ਼ਲੀ ਆ ਵੀ ਜਾਂਦਾ ਤਾਂ ਬੜਾ ਈਜ਼ੀਲੀ ਗਰੋ ਹੋ ਜਾਣਾ ਸੀ, ਬੜਾ ਤਕੜਾ ਚੱਲ ਵੀ ਜਾਣਾ ਸੀ ਗਾਣਾ, ਸ਼ਾਇਦ ਅੱਜ ਦੇ ਟਾਈਮ 'ਤੇ 100 million ਹੁੰਦਾ ਜੇ ਉਸ ਟਾਈਮ 'ਤੇ ਰਿਲੀਜ਼ ਕੀਤਾ ਹੁੰਦਾ, ਹੈ ਨਾ। ਸੋ ਮੈਨੂੰ 2-3 ਗਾਣਾ ਦਾ ਜ਼ਰੂਰ ਹੈਗਾ ਦੁੱਖ ਔਜਲੇ ਬਾਈ ਤੋਂ ਕਿ ਉਹ ਅਫੀਸ਼ਲ ਆਉਣੇ ਚਾਹੀਦੇ ਸੀਗੇ। ਨੋ ਵੇ ਇਜ਼ ਗੁੱਡ, ਇੱਕ ਆਪਣਾ ਉਹ ਸੀਗਾ ਯਾਰੀਆਂ 'ਚ ਮੈਡਲ, ਆਈ ਲਵ ਦੈਟ ਟ੍ਰੈਕ ਟਿਲ ਡੇਟ, ਸਤਿ ਸ਼੍ਰੀ ਅਕਾਲ।